ਬਾਗਾ ਪੁਰਾਣਾ ਦੇ ਪਿੰਡ ਵੜਾ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਪਿਤਾ ਦੇ ਮੁਤਾਬਕ 20 ਦਿਨ ਪਹਿਲਾਂ ਉਸਦੇ ਘਰ ਪੋਤਾ ਹੋਇਆ ਸੀ ਤੇ ਇਸੇ ਦੀ ਖੁਸ਼ੀ ਦੇ ਵਿੱਚ ਹੀ ਉਸਦਾ ਬੇਟਾ ਆਪਣੀ ਮਾਸੀ ਦੇ ਪਿੰਡ ਪੱਤੋ 'ਚ ਬੇਟੇ ਦੇ ਜਨਮ ਦੀ ਖੁਸ਼ੀ ਮਨਾ ਰਿਹਾ ਸੀ, ਜਿਸ ਦੌਰਾਨ ਜ਼ਿਆਦਾ ਸ਼ਰਾਬ ਪੀਣ ਕਾਰਨ ਉਸਦੀ ਤਬੀਅਤ ਵਿਗੜ ਗਈ ਤੇ ਹਸਪਤਾਲ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ। ਕਿੰਨੀ ਉਮਰ ਸੀ? ਛੱਬੀ ਸਾਲ। ਕੀ ਕਰਦਾ ਸੀ? ਪਹਿਲਾਂ ਦੋ ਕੁੜੀਆਂ, ਉਸ ਤੋਂ ਬਾਅਦ ਬੇਟਾ ਹੋਇਆ, 14-15 ਤਾਂ ਹੋ ਗਏ ਆ। ਬਸ ਉਸ ਖੁਸ਼ੀ ਵਿੱਚ ਜਿਵੇਂ ਪੰਡਾਲੇ ਕਰਦੇ ਆ ਵੀ 10 ਰੁਪਏ ਲਾ ਪੈਂਦੇ, ਪੈਗ ਸ਼ੈਗ ਲਾਉਣ ਲੱਗ ਪੈਂਦੇ ਆ, ਤੇ ਪੀਂਦੇ ਪੀਂਦੇ ਤੇ ਉੱਥੋਂ ਚਲੇ ਗਏ ਆਪਣੀ ਮਾਸੀ ਕੋਲ, ਉੱਥੋਂ ਪੈਗ ਸ਼ੈਗ ਲਾਉਂਦੇ ਆ ਜਾਈਏ, ਜਾ ਕੇ ਉਸ ਤੋਂ ਬਾਅਦ ਪੈਗ ਸ਼ੈਗ ਲਾਉਂਦੇ ਨਾਲ ਜੀ ਸਿਹਤ ਹੋ ਗਈ, ਜ਼ਿਆਦਾ ਹੋ ਗਿਆ ਕੰਮ, ਸਿਹਤ ਤਾਂ ਜ਼ਿਆਦਾ ਠੀਕ ਨਹੀਂ ਸੀਗੀ, ਤਾਂ ਉਹ ਫਿਰ ਹਸਪਤਾਲ ਲੈ ਗਏ, ਉੱਥੇ ਡਾਕਟਰਾਂ ਨੇ ਟ੍ਰੀਟਮੈਂਟ ਕੀਤਾ, ਪਾ ਕੇ ਬਣਿਆ ਜਾਣ ਤੱਕ। ਬਾਗਾ ਪੁਰਾਣਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਹੈ। ਬਾਗਾ ਪੁਰਾਣਾ ਤੋਂ ਸੰਦੀਪ ਸੁਖਮ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੇਵਾ ਸੇਠੀ, ਆਈ ਐਮ ਫਰੋਮ ਫਗਵਾੜਾ ਔਰ ਮੈਂ 25 ਸਾਲ ਕੀ ਹੂੰ। ਵਨ ਆਫ ਮਾਈ ਫਰੈਂਡ ਫਰੋਮ ਜਲੰਧਰ, ਉਹਨੇ ਮੁਝੇ ਬੋਡੀ ਫੈਟ ਕੇ ਬਾਰੇ ਮੈਂ ਬਤਾਇਆ। ਸਿਰਫ 3 ਮਹੀਨੇ ਯਹਾਂ ਪੇ ਸਪੈਂਡ ਕਰਨੇ ਕੇ ਬਾਅਦ ਮੈਨੇ ਟੋਟਲ ਵੇਟ ਲਾਸ ਯਹਾਂ ਪੇ 16 ਕੇਜੀ ਕੀਆ ਹੈ ਔਰ ਮੇਰਾ ਇੰਚ ਲਾਸ ਵੀ 70+ ਕੀਆ ਹੈ। ਆਈ ਵੁੱਡ ਲਾਈਕ ਟੂ ਸੇ ਪਲੀਜ਼ ਕਮ ਹੇਅਰ ਫੋਰ ਅ ਹੈਲਦੀ ਵੇਟ ਲਾਸ ਐਂਡ ਯੂ ਵਿਲ ਸੀ ਦ ਰਿਜ਼ਲਟਸ। ਥੈਂਕ ਯੂ ਸੋ ਮਚ।